ਈਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ। ਕਰੰਟ ਇਸ਼ੂ, ਕਰੰਟ ਇਸ਼ੂ ਲਈ ਚੱਲਦੇ ਹਾਂ ਗੁਰੂਗ੍ਰਾਮ। ਦੋਸਤੋ, ਬੜੀ ਵੱਡੀ ਖਬਰ ਆ ਰਹੀ ਹੈ, ਇੱਕ ਨਜਾਇਜ਼ ਤਰੀਕੇ ਨਾਲ ਚੱਲ ਰਹੇ ਕਾਲ ਸੈਂਟਰ 'ਤੇ ਜਦੋਂ ਪੁਲਿਸ ਨੇ ਰੇਡ ਮਾਰੀ ਤਾਂ 6 ਲੜਕੇ ਅਤੇ 8 ਲੜਕੀਆਂ ਨੂੰ ਉਸ ਕਾਲ ਸੈਂਟਰ ਦੇ ਵਿੱਚੋਂ ਪਕੜਿਆ ਗਿਆ ਹੈ। ਉਹ ਕਿਸ ਤਰ੍ਹਾਂ ਦੀਆਂ ਕਾਲਿੰਗਸ ਕਰ ਰਹੇ ਸੀ ਔਰ ਲੋਕਾਂ ਕੋਲੋਂ ਕਿਸ ਤਰ੍ਹਾਂ ਪੈਸਾ ਜਿਹੜਾ ਹੈ ਉਹ ਆਪਣੇ ਅਕਾਊਂਟ ਵਿੱਚ ਜਾਂ ਆਪਣੇ ਟ੍ਰਾਂਸਫਰ ਕਰਵਾਉਂਦੇ ਸੀ, ਪੂਰੀ ਜਾਣਕਾਰੀ ਦੇਣ ਵਾਸਤੇ ਵਿਨੋਦ ਸ਼ਰਮਾ ਜੀ ਮੇਰੇ ਨਾਲ ਗੁਰੂਗ੍ਰਾਮ ਤੋਂ ਜੁੜ ਚੁੱਕੇ ਨੇ, ਉਹਨਾਂ ਤੋਂ ਅਪਡੇਟ ਲੈਂਦੇ ਹਾਂ। ਸ਼ਰਮਾ ਜੀ, ਕੀ ਅਪਡੇਟ ਹੈ ਇਸ ਖਬਰ ਨੂੰ ਲੈ ਕੇ? ਜੀ, ਪੁਲਿਸ ਦੇ ਕੋਲ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਹੈ। ਜਿਹੜੇ ਬੇਰੋਜ਼ਗਾਰ ਬੱਚੇ ਹੁੰਦੇ ਆ ਉਹਨਾਂ ਨੂੰ ਨੌਕਰੀ ਦਿਲਾਉਣ ਦੇ ਬਹਾਨੇ ਮੋਟੀ ਰਕਮ ਇੱਥੇ ਜਾਂਦੀ ਸੀਗੀ। ਇਹ ਅੱਜ ਤੋਂ 10-15 ਦਿਨ ਪਹਿਲਾਂ ਪੁਲਿਸ ਨੂੰ ਇੱਕ ਸ਼ਿਕਾਇਤ ਆਈ ਸੀਗੀ ਜਿਹਦੇ ਵਿੱਚ ਇੱਕ ਲੜਕੇ ਨੇ ਉਹਦੇ ਪਰਿਵਾਰਾਂ ਨੇ ਆਰੋਪ ਲਗਾਏ ਸੀਗੇ ਕਿ ਮੇਰੇ ਬੱਚੇ ਤੋਂ ਪੈਸੇ ਵੀ ਹੇਠ ਲਿੱਤੇ ਗਏ ਔਰ ਨੌਕਰੀ ਨਹੀਂ ਲੱਗੀ। ਜਦੋਂ ਪੁਲਿਸ ਨੇ ਇਹਦੀ ਤਹਿਕੀਕਾਤ ਕੀਤੀ ਤਾਂ ਤਹਿਕੀਕਾਤ ਦੇ ਵਿੱਚ ਕਈ ਕਲੂ ਮਿਲੇ, ਤਾਂ ਉਸੀ ਕਲੂ ਨੂੰ ਲੈ ਕੇ ਜਦੋਂ ਪੁਲਿਸ ਅੱਗੇ ਵਧੀ ਤਾਂ ਇਹ ਕਾਲ ਸੈਂਟਰ ਦੇ ਵਿੱਚ ਛਾਪਾ ਮਾਰਿਆ ਗਿਆ ਜਿੱਥੇ 12-13 ਬੱਚੇ ਜਿਹੜੇ ਹੈ, 6 ਲੜਕੇ ਔਰ 6 ਲੜਕੀਆਂ ਉੱਥੇ ਪੁਲਿਸ ਦੇ ਹੱਥੇ ਚੜੀਆਂ, ਜਿਹਨਾਂ ਨੇ ਕਬੂਲ ਕਰ ਲਿੱਤਾ ਹੈ ਕਿ ਅਸੀਂ ਇਸ ਕਾਲ ਸੈਂਟਰ ਦੇ ਵਿੱਚ ਬੇਰੋਜ਼ਗਾਰ ਜਿਹੜੇ ਯੁਵਕ ਹੁੰਦੇ ਸੀ ਉਹਨਾਂ ਨਾਲ ਅਸੀਂ ਰਾਬਤਾ ਜਿਹੜਾ ਹੈ ਕਾਇਮ ਕਰਦੇ ਸੀ, ਉਸ ਤੋਂ ਬਾਅਦ ਨੌਕਰੀ ਦਿਲਾਉਣ ਦੇ ਬਹਾਨੇ ਇਹਨਾਂ ਤੋਂ ਮੋਟੀ ਰਕਮ ਹੇਠੀ ਜਾਂਦੀ ਸੀ ਜੀ। ਔਰ ਸ਼ਰਮਾ ਜੀ, ਇੱਥੇ ਮੈਂ ਪੁੱਛਣਾ ਜ਼ਰੂਰ ਚਾਹਾਂਗਾ ਕਿ ਕਾਲ ਸੈਂਟਰ ਨੂੰ ਚਲਾ ਇਹੀ ਰਹੇ ਸੀ ਜਾਂ ਇਸ ਦਾ ਮਾਲਕ ਕੋਈ ਪਰਦੇ ਦੇ ਪਿੱਛੇ ਹੈ? ਜੀ, ਅਜੇ ਫਰਦਰ ਇੱਕ ਇਨਕੁਆਇਰੀ ਜਾ ਰਹੀ ਹੈ, ਇਹਨਾਂ ਤੋਂ ਪੁੱਛਗਿੱਛ ਵੀ ਕੀਤੀ ਜਾਏਗੀ ਔਰ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਵੀ ਲਿੱਤਾ ਜਾਏਗਾ ਤਾਂ ਕਿ ਇਸ ਦੇ ਵਿੱਚ ਪਤਾ ਚੱਲ ਸਕੇ ਕਿ ਇਹ ਜਿਹੜਾ ਇਸਦਾ ਮਾਲਿਕ ਕੋਈ ਹੋਰ ਸੀ ਜਾਂ ਇਹੀ ਬੱਚੇ ਇਸ ਨੂੰ ਓਪਰੇਟ ਕਰਦੇ ਸੀ ਜੀ। ਔਰ ਦੋਸਤੋ, ਇਸ ਸੰਬੰਧ ਵਿੱਚ ਵਿਨੋਦ ਜੀ ਨੇ ਗੱਲਬਾਤ ਕੀਤੀ ਹੈ ਪੁਲਿਸ ਆਫਿਸਰ ਦੇ ਨਾਲ। ਕੀ ਗੱਲਬਾਤ ਕੀਤੀ ਹੈ, ਆਓ ਸੁਣਦੇ ਹਾਂ। हमारे पास साइबर थाने में एक कंप्लेंट आई थी जिसमें जो कंप्लेंट था उसने ये एलिज किया था कि नौकरी लगवाने के नाम पे उसे 24,000 रुपये ठग लिया। तो उसकी इंक्वायरी करते करते हम कल एक लोकेशन पे हमने एक रेड किया, साइबर पुलिस स्टेशन, साइबर SHO और ACP DLF करण गोयल के नेतृत्व में रेड हुआ। तो जहाँ पर कॉल सेंटर चल रहा था, जहाँ पर 12-13 लड़के लड़कियाँ मिल के वो एक कॉल सेंटर चला रहे थे अवैध रूप से, जहाँ पे वो उनके अपने वेबसाइट से जहाँ से लोग रजिस्टर करते थे और जहाँ से उनको ये प्रॉमिस दिलाया जाता था कि आप यहाँ रजिस्टर करके अगर आप पेमेंट करते हैं, इतना पेमेंट करते हैं तो आपको अच्छी नौकरियाँ दिलाई जाएंगी। ਸੋ ਇੱਕ ਇਨਸਾਨ ਤਾਂ ਬੇਰੋਜ਼ਗਾਰ ਹੋਣ ਕਰਕੇ ਹੀ ਦੁਖੀ ਹੁੰਦਾ ਹੈ ਔਰ ਦੂਸਰੇ ਜਦੋਂ ਇਸ ਤਰ੍ਹਾਂ ਦੇ ਲੋਕ ਉਹਨਾਂ ਕੋਲੋਂ ਪੈਸੇ ਮਤਲਬ ਠੱਗਣ ਦੀ ਕੋਸ਼ਿਸ਼ ਕਰਦੇ ਆ ਔਰ ਲੋਕ ਕੁਛ ਠੱਗ ਵੀ ਹੋ ਜਾਂਦੇ ਆ, ਉਸ ਵੇਲੇ ਇਹਨਾਂ ਦਾ ਕਾਫੀ ਦਿਲ ਦੁਖਦਾ ਹੈ। ਸ਼ਾਇਦ ਇਹਨਾਂ ਦੀਆਂ ਬਦਦੁਆਵਾਂ ਕਰਕੇ ਹੀ ਇਹ ਲੋਕ ਅੜਕੇ ਚੜੇ ਨੇ। ਜਾਂਚ ਦਾ ਵਿਸ਼ਾ ਹੈ, ਜਾਂਚ ਤੋਂ ਬਾਅਦ ਹੀ ਅਸਲੀ ਤੱਥ ਸਾਹਮਣੇ ਆਉਣਗੇ ਕਿ ਇਹ ਲੋਕ ਚਲਾ ਰਹੇ ਸੀ ਜਾਂ ਇਸ ਦੇ ਪਿੱਛੇ ਪਰਦੇ ਦੇ ਕੋਈ ਹੋਰ ਹੈ। ਇਹ ਸੀ ਹੁਣ ਤੱਕ ਦੀ ਅਪਡੇਟ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਈਵਨ ਪੰਜਾਬੀ TV ਦੇ ਨਾਲ। ਈਵਨ ਪੰਜਾਬੀ ਆ ਗਿਆ ਹੁਣ ਤੁਹਾਡੇ ਸਮਾਰਟਫੋਨ 'ਤੇ ਵੀ, ਜਲਦ ਤੋਂ ਜਲਦ ਡਾਊਨਲੋਡ ਕਰੋ ਈਵਨ ਪੰਜਾਬੀ ਨਿਊਜ਼ ਲਾਈਵ ਐਪ ਨੂੰ।